ਮੇਰੇ ਬੇਟਾ ਗੋਡੇ ਵੀ ਨਹੀਂ ਹਨ ਚੱਲਦੇ, ਮੰਜੀ 'ਤੇ ਹੈ ਕਿਸਮ ਦੀ, ਬੜਾ ਉੱਠ ਕੇ ਤੁਰਿਆ ਫਿਰਿਆ ਨਹੀਂ ਜਾਂਦਾ, ਕਿਤੇ ਰਿਸ਼ਕੇ 'ਤੇ ਬੈਠਾ ਨਹੀਂ ਜਾਂਦਾ, ਬੜੀ ਪਰੇਸ਼ਾਨ ਰਹਿੰਦੀ। ਪਰ ਇਸ ਉਮਰ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਉਹੀ ਫੁਰਤੀ ਚੁਸਤੀ ਹੈ ਜੋ ਕਿ ਨੌਜਵਾਨਾਂ ਦੇ ਵਿੱਚ ਨਜ਼ਰ ਆਉਂਦੀ। ਜੇ ਕਿਸੇ ਨੇ ਆਉਣਾ ਨਾ ਘਰ, ਬੱਚਿਆਂ ਨੇ ਗਲੀ ਮਹੱਲੇ ਸਾਡੇ ਘਰ ਆਉਣਾ, ਇਹਨਾਂ ਆਖਣਾ ਪਾਗਲ ਹੋ ਗਈ ਜੀ, ਯੋਗਾ ਕਰਦੀ ਰਹੀ, ਐਂ ਸ਼ਾਰੇ ਕਰਨੇ, ਮੈਂ ਸਮਝ ਜਾਣਾ ਅਤੇ ਮੈਂ ਆਖਣਾ ਕਿ ਇਹ ਆਖੀ ਜਾਣ ਦੇ ਪਾਗਲ, ਮੈਂ ਇਹਨਾਂ ਦੇ ਆਖਣ ਨਾਲ ਕੋਈ ਪਾਗਲ ਥੋੜ੍ਹਾ ਚੱਲੀ ਹਾਂ। ਤੁਹਾਡੇ ਵਾਲ ਵੀ ਹੁਣ ਉਮਰ ਨਾਲ ਕਾਲੇ ਹੋਣੇ ਸ਼ੁਰੂ ਹੋ ਗਏ ਨੇ, ਦਾੜ੍ਹ ਵੀ ਤੁਹਾਡੀ ਦੁਬਾਰਾ, ਦੰਦ ਇਸ ਉਮਰ 'ਚ ਆ ਗਏ ਜਿੱਥੇ ਕਿ ਲੋਕਾਂ ਦੇ ਤਾਂ ਦੰਦ ਝੜ ਜਾਂਦੇ ਨੇ। ਅਰੇ ਇੱਕ ਆਹ ਦੇਖ ਲਓ, ਇੱਕ ਆਹ ਨਵਾਂ, ਇੱਕ ਆਹ ਨਵਾਂ, ਚੁਭਦੇ ਨੇ ਵਾਲ ਵੀ, ਵੇਖ ਲਓ ਕਿ ਚਿੱਟੇ ਹਨ, ਥੋੜ੍ਹੇ ਥੋੜ੍ਹੇ ਕਾਲੇ ਹੋ ਗਏ। ਅਤੇ ਸਰੀਰ ਨੂੰ ਇੰਨੀ ਲਚਕ ਯੋਗਾ ਕਰਕੇ ਹੀ ਆਈ ਹੈ ਜਾਂ ਇਸ ਤੋਂ ਇਲਾਵਾ ਵੀ ਪਹਿਲਾਂ ਵੀ ਤੁਸੀਂ ਕੋਈ ਕਸਰਤ ਕਰਦੇ ਰਹੇ? ਕੋਈ ਕਸਰਤ ਨਹੀਂ, ਮੈਂ ਯੋਗ ਕਰਕੇ ਸਵਾਮੀ ਦਾ ਯੋਗ ਵੇਖ ਕੇ ਨਾ ਇਹਦੇ ਨਾਲ ਮੇਰੀ ਲਚਕ ਬਣੀ। ਸਾਡੀ ਜ਼ਿੰਦਗੀ ਦੇ ਵਿੱਚ ਕਸਰਤ ਦਾ ਬਹੁਤ ਹੀ ਅਹਿਮ ਕਿਰਦਾਰ ਹੈ ਅਤੇ ਜੇ ਮਨੁੱਖ ਕਸਰਤ ਦੇ ਨਾਲ ਪਿਆਰ ਪਾ ਲਏ ਤਾਂ ਕਹਿ ਸਕਦੇ ਹਾਂ ਕਿ ਉਹ ਬੁਢਾਪੇ ਦੇ ਵਿੱਚ ਵੀ ਜਵਾਨੀ ਦਾ ਆਨੰਦ ਮਾਣ ਸਕਦਾ। ਅਤੇ ਅੱਜ ਅਜਿਹੀ ਸਤਰਾਂ ਨਾਲ ਹੀ ਜੁੜੀ ਹੈ ਅੰਮ੍ਰਿਤਸਰ ਤੋਂ 86 ਸਾਲਾਂ ਦੇ ਬਜ਼ੁਰਗ ਸ਼ਕੁੰਤਲਾ ਦੇਵੀ ਜੀ ਦੀ ਕਹਾਣੀ। ਔਰ ਇਸ ਉਮਰ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਉਹੀ ਫੁਰਤੀ ਚੁਸਤੀ ਹੈ ਜੋ ਕਿ ਨੌਜਵਾਨਾਂ ਦੇ ਵਿੱਚ ਨਜ਼ਰ ਆਉਂਦੀ ਹੈ। ਔਰ ਉਸਦਾ ਕੀ ਕਾਰਨ ਹੈ? ਯੋਗਾ ਦੇ ਸਦਕਾ ਹੀ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਂਦੀ। ਔਰ ਕਹਿ ਸਕਦੇ ਹਾਂ ਕਿ ਇੱਕ ਸਮੇਂ ਸਰੀਰ ਕਈ ਬਿਮਾਰੀਆਂ ਨਾਲ ਜਕੜਿਆ ਪਿਆ ਸੀ, ਹੱਡ ਗੋਡੇ ਵੀ ਇਹਨਾਂ ਦੇ ਦਰਦ ਕਰਦੇ ਸੀ, ਪਰ ਯੋਗਾ ਦੇ ਸਦਕਾ ਅੱਜ ਇਹ ਚੰਗੀ ਉਮਰ ਵੀ ਭੋਗ ਰਹੇ ਨੇ ਔਰ ਉੱਥੇ ਹੀ ਬਿਮਾਰੀਆਂ ਤੋਂ ਵੀ ਮੁਕਤ ਨੇ, ਖਾਸ ਕਰਕੇ ਦਵਾਈਆਂ ਤੋਂ ਵੀ ਮੁਕਤ ਨੇ, ਔਰ ਡੰਡ ਬੈਠਕਾਂ ਲਗਾਉਂਦੇ ਨੇ, ਇੱਕ ਸਮਾਜ ਨੂੰ ਸੁਨੇਹਾ ਦਿੰਦੇ ਨੇ ਕਿ ਇਸ ਉਮਰ ਦੇ ਵਿੱਚ ਵੀ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਹੀ ਆਧਾਰ ਹੈ। ਔਰ ਉਸਦੇ ਸਦਕਾ ਹੀ ਅੱਜ ਇਹ ਅਜਿਹੀ ਕਹਿ ਸਕਦੇ ਹਾਂ ਕਿ ਉਹਨਾਂ ਬਿਮਾਰੀਆਂ ਦੀ ਜੰਗ ਨੂੰ ਤਾਂ ਜਿੱਤ ਹੀ ਚੁੱਕੇ ਨੇ ਪਰ ਹੋਰਨਾਂ ਲਈ ਮਿਸਾਲ ਵੀ ਬਣੇ ਨੇ। ਸਾਡੇ ਨਾਲ ਸ਼ਕੁੰਤਲਾ ਦੇਵੀ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ 'ਤੇ। ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਕਿ ਜਿਹੜਾ ਦੁਨੀਆ ਨੂੰ ਚੰਗੇ ਰਸਤੇ ਲਾਉਣ ਡਿਓ, ਯੋਗ ਸਿਖਾਉਣ ਡਿਓ, ਤੁਸੀਂ ਕਹੋਗੇ, ਤੁਸੀਂ ਬੋਲੋਗੇ ਅਤੇ ਫਿਰ ਹੀ ਅਗਲੇ ਲੋਕ ਵੇਖਣ ਦੇ ਅਤੇ ਕਰਨ ਦੇਣਾ। ਤੁਹਾਡਾ ਬਹੁਤਾ ਧੰਨਵਾਦ। ਵੀ ਜੀ, ਇਹ ਕਿੱਦਾਂ ਖਿਆਲ ਬਣਿਆ ਕਿ ਯੋਗਾ ਦੇ ਨਾਲ ਜੁੜਨਾ, ਔਰ ਕਿੰਨਵੀਂ ਉਮਰ ਦੇ ਵਿੱਚ ਆ ਕੇ ਤੁਹਾਨੂੰ ਇਸਦੇ ਕਹਿ ਸਕਦੇ ਗੁਣਾਂ ਦੇ ਬਾਰੇ ਪਤਾ ਲੱਗਿਆ ਕਿ ਇਹਦਾ ਕਾਫੀ ਫਾਇਦੇ ਨੇ? ਦੇਖੋ ਕਿ ਮੇਰੇ ਬੇਟਾ ਗੋਡੇ ਵੀ ਨਹੀਂ ਹਨ ਚੱਲਦੇ, ਮੰਜੀ 'ਤੇ ਹੈ ਕਿਸਮ ਦੀ, ਬੜਾ ਉੱਠ ਕੇ ਤੁਰਿਆ ਫਿਰਿਆ ਨਹੀਂ ਜਾਂਦਾ, ਕਿਤੇ ਰਿਸ਼ਕੇ 'ਤੇ ਬੈਠਾ ਨਹੀਂ ਜਾਂਦਾ, ਬੜੀ ਪਰੇਸ਼ਾਨ ਰਹਿੰਦੀ ਹਾਂ ਅਤੇ ਦਾਖਲ ਵੀ ਰਹਿੰਦੀ ਹਾਂ ਡਾਕਟਰਾਂ ਕੋਲ, ਪਰ ਇਹਦਾ ਇਲਾਜ ਨਹੀਂ ਸੀ। ਬੜੇ ਪੈਸੇ ਲਾਏ ਨੇ, ਐਡੇ ਐਡੇ ਮਹਿੰਗੇ ਟੀਕੇ ਲਾ ਹੜਨੇ, ਅਤੇ ਮੈਂ ਆਖਣਾ ਮੇਰੇ ਗੋਡੇ 'ਤੇ ਚੱਲਦੇ ਨਹੀਂ, ਹੈਂ ਸਾਹ ਮੇਰਾ ਚੜ੍ਹਦਾ, ਮੈਨੂੰ ਬੜਾ ਮੁਸ਼ਕਲ ਹੈ, ਅਤੇ ਉਹਨਾਂ ਆਖਣਾ ਇਹ ਉਮਰ ਮਾਤਾ ਇਸ ਤਰ੍ਹਾਂ ਲੰਘੇਗੀ। ਫਿਰ ਨਾ ਸਾਡੇ ਰਾਜਕੁਮਾਰ ਨੇ ਨਾ ਕਿਸੇ ਨੂੰ ਦੱਸਿਆ ਕਿ ਇਹ ਸਵਾਮੀ ਰਾਮਦੇਵ ਆਉਂਦਾ ਅਤੇ ਉਹ ਨਾ ਯੋਗਾ ਕਰਾਉਂਦਾ ਹੈ, ਅਤੇ ਮੋਟੇ ਜਣੇ ਨੂੰ ਪਤਲੇ ਹੋ ਜਾਂਦੇ ਨੇ ਅਤੇ ਤੰਦਰੁਸਤ ਹੋ ਜਾਂਦੇ ਨੇ, ਅਤੇ ਜਿਹੜੇ ਪਤਲੇ ਨੇ ਉਹ ਠੀਕ ਠਾਕ ਹੋ ਜਾਂਦੇ ਨੇ। ਅਤੇ ਉਹ ਜਦੋਂ ਇਹਨਾਂ ਦੱਸਿਆ ਤਾਂ ਅਸੀਂ ਲਾਇਆ ਆਸਥਾ ਚੈਨਲ ਲਾਇਆ ਅਤੇ ਸਵਾਮੀ ਜੀ ਆ ਗਏ, ਆ ਗਏ ਅਤੇ ਅਸੀਂ ਸਾਰੇ ਟੱਬਰ ਹੀ ਪਾਲੀਆਂ ਚਾਦਰਾਂ 'ਤੇ ਲੱਗ ਪਏ ਯੋਗਾ ਕਰਨ। ਯੋਗਾ ਰੋਜ਼ ਇਸ ਤਰ੍ਹਾਂ, ਮੈਂ ਤਾਂ ਰੋਜ਼ ਕਰਦਿਆਂ ਰਹਿਣਾ, ਕਰਦਿਆਂ ਅਤੇ ਥੋੜ੍ਹਾ ਥੋੜ੍ਹਾ ਕਦੇ ਕਰ ਲੈਣਾ ਕਦੇ ਨਾ ਕਰਨਾ, ਅਤੇ ਮੈਂ ਕਰਦਿਆਂ ਰਹਿਣਾ। ਕਿੰਨੇ ਘੰਟੇ ਕਰਦੇ? ਮੈਂ ਦੋ ਦੋ ਘੰਟੇ ਕਰਦੀ ਰਹੀ ਹਾਂ, ਸਵੇਰੇ ਉੱਠ ਕੇ ਦੋ ਦੋ ਘੰਟੇ, ਤਿੰਨ ਤਿੰਨ ਘੰਟੇ। ਕਹਿੰਦੇ ਜੀ 110 ਕਿਲੋ ਸੀਗਾ ਤੁਹਾਡੇ ਕੋਲ, ਤੁਰਿਆ ਫਿਰਿਆ ਨਹੀਂ ਜਾਂਦਾ ਸੀ, ਗੋਡਿਆਂ ਦੀ ਦਿੱਕਤਾਂ ਸੀਗੀਆਂ, ਉਦੋਂ ਉਮਰ ਕਿੰਨੀ ਸੀ ਤੁਹਾਡੀ ਜਦੋਂ ਇਹ ਸਭ ਦਿੱਕਤਾਂ ਬੜੀਆਂ ਮੁਸ਼ਕਲ ਬਣੀਆਂ ਸੀ ਤੁਹਾਡੇ? ਉਮਰ ਦਾ ਤਾਂ ਮੈਨੂੰ ਨਹੀਂ ਖਿਆਲ, ਮਤਲਬ ਹੁਣ ਕਾਫੀ ਚਿਰ ਹੋਇਆ ਮੈਨੂੰ ਇਸ ਪਾਸੇ ਲੱਗਿਆ, ਜਦੋਂ ਸਵਾਮੀ ਜੀ ਇੱਥੇ ਆਏ ਹਨ ਨਾ, ਉਦੋਂ ਪਹਿਲਾਂ ਉਦੋਂ ਮੈਂ ਬਿਮਾਰੀਆਂ ਆਪਣੀਆਂ ਕੱਢ ਲਈਆਂ ਹਨ, ਜਦੋਂ ਪਹਿਲਾਂ ਅੰਮ੍ਰਿਤਸਰ ਆਏ 'ਚ ਆਏ ਨੇ, ਹੈਂ ਉਦੋਂ ਕੱਢ ਲਈਆਂ ਹਨ ਬਿਮਾਰੀਆਂ, ਮੈਂ ਕੀ ਕੱਢੀਆਂ ਇਹਦੇ ਨਾਲ ਯੋਗ ਅਭਿਆਸ ਵੇਖ ਕਰਕੇ।
ਸਵਾਮੀ ਜੀ ਲਾ ਲੈਣਾ ਅਤੇ ਉਹਦੇ ਵੱਲੋਂ ਵੇਖ ਕੇ ਜਿਹੜਾ ਜਿਹੜਾ ਉਹਨਾਂ ਆਸਣ ਕਰਨਾ ਮੈਂ ਉਸ ਤਰ੍ਹਾਂ ਕਰਦਿਆਂ ਰਹਿਣਾ। ਕਰਦਿਆਂ ਕਰਦਿਆਂ ਮੇਰੇ ਅੱਜ ਕੋਈ ਹੋਰ, ਕੱਲ੍ਹ ਕੋਈ ਹੋਰ, ਕਰਦਿਆਂ ਕਰਦਿਆਂ ਮੇਰੀਆਂ ਐਨ ਲੈਂਸ ਪੁਆਏ ਹਨ ਅਤੇ ਰੜਕ ਨਹੀਂ ਜਾਂਦੀ ਅਤੇ ਉਹਦੇ ਨਾਲ ਮੇਰੀ ਇਹਦੇ ਨਾਲ ਯੋਗ ਦੇ ਨਾਲ ਰੜਕ ਵੀ ਠੀਕ ਹੋ ਗਈ। ਨਹੀਂ ਤਾਂ ਜਿਹੜਾ ਡਾਕਟਰ ਸੀ ਉਹ ਹੈਰਾਨ ਹੋ ਗਿਆ ਸੀ, ਕਹਿੰਦਾ ਸੀ ਮਾਤਾ ਭਜਨ ਕਰਿਆ ਕਰ, ਬੜੇ ਦਾਰੂ ਪਹਾੜੇ ਅਤੇ ਰੜਕ ਨਾ ਜਾਣੀ। ਪ੍ਰੇਸ਼ਨ ਕਰਾਇਆ ਸੀ ਬੜੇ, ਅਤੇ ਫਿਰ ਜਦੋਂ ਮੈਂ ਯੋਗ ਦੇ ਨਾਲ ਕੀਤਾ ਤਾਂ ਯੋਗ ਦੇ ਨਾਲ ਮੇਰੀਆਂ ਜਿਹੜੀਆਂ ਐਨਕਾਂ ਵੀ ਲੱਥ ਗਈਆਂ ਅਤੇ ਮੇਰੀਆਂ ਜਿਹੜੀ ਰੜਕ ਉਹ ਵੀ ਠੀਕ ਹੋ ਗਈ। ਪਰ ਤੁਸੀਂ ਕਹਿੰਦੇ ਨਾ ਕਿ ਮੇਰੀਆਂ ਆਂਢਣਾਂ ਗੁਆਂਢਣਾਂ ਬੜਾ ਕਹਿੰਦੀਆਂ ਸੀ ਮੈਨੂੰ ਕਿ ਆਹ ਕਿਹੜੇ ਕੰਮ ਲੱਗ ਗਈ ਆ, ਇਹ ਭਜਨ ਭੁਜਨ ਕਰਨ ਦੀ ਉਮਰ ਹੈ, ਘਰ ਬਹਿ ਕੇ ਪਰਿਵਾਰ ਨਾਲ ਬਿਤਾਉਣ ਦੀ ਸਮਝ, ਤੁਸੀਂ ਕਿੱਥੇ ਯੋਗਾ ਲੱਗ ਗਏ ਜੇ ਕਰਨ? ਮੈਂ ਯੋਗਾ ਕਰਦੀ ਹਾਂ ਘਰ, ਅਤੇ ਜੇ ਕਿਸੇ ਨੇ ਆਉਣਾ ਨਾ ਘਰ, ਬੱਚਿਆਂ ਨੇ ਗਲੀ ਮਹੱਲੇ ਸਾਡੇ ਘਰ ਆਉਣਾ ਅਤੇ ਇਹਨਾਂ ਆਖਣਾ ਪਾਗਲ ਹੋ ਗਈ ਯੋਗਾ ਕਰਦੀ ਰਹੀ, ਐਂ ਇਸ਼ਾਰੇ ਕਰਦੇ ਮੈਂ ਸਮਝ ਜਾਣਾ। ਮੈਂ ਆਖਣਾ ਕਿ ਇਸ਼ਾਰੇ ਕਰਦੇ ਹਨ ਕਿ ਵਹੁਟੀ ਨੂੰ ਆਖਦੇ ਹਨ ਕਿ ਯੋਗਾ ਹੀ ਕਰਦੀ ਰਹਿੰਦੀ, ਪਾਗਲ ਹੀ ਹੋ ਗਈ। ਅਤੇ ਮੈਂ ਆਖਣਾ ਕਿ ਇਹ ਆਖੀ ਜਾਣ ਦੇ ਪਾਗਲ, ਮੈਂ ਇਹਨਾਂ ਦੇ ਆਖਣ ਨਾਲ ਕੋਈ ਪਾਗਲ ਥੋੜ੍ਹਾ ਚੱਲੀ ਹਾਂ, ਆਖੀ ਇਹਨਾਂ ਆਖੀ ਜਾਣਾ ਕਰਦਿਆਂ ਰਹਿਣਾ ਪਾਗਲ ਪਾਗਲ, ਸਾਰੀ ਗਲੀ ਜਿਹੜੀਆਂ ਨਾ ਇਹਨਾਂ ਆਖਣਾ ਕਿ ਇਹ ਯੋਗਾ ਕਰਦੀਆਂ ਨੇ ਮਰ ਜਾਣਾ। ਇੱਥੇ ਮੇਰਾ ਭਰਾ ਹੀ ਬਣਿਆ ਦਾ, ਮੇਰੇ ਮਾਂ ਪਿਓ ਜੰਮਿਆ ਤਾਂ ਕੋਈ ਨਹੀਂ, ਅਤੇ ਕਾਕਾ ਵਿਆਹਣਾ ਸੀ ਅਤੇ ਭਰਾ ਬਣਾਉਣੇ ਪਿਆ ਅਤੇ ਭਰਜਾਈ ਬਣਾਉਣੇ ਪਈ, ਉਹਨੂੰ ਬਣਾਇਆ ਅਤੇ ਉਹ ਨਾ ਜਦੋਂ ਮੈਂ ਯੋਗ ਕਰਕੇ ਪਤਲੀ ਹੋ ਗਈ ਨਾ, ਇਹਨਾਂ ਆਖਣਾ ਕਿ ਇਹ ਤਾਂ ਮਰ ਜਾਣਾ, ਇਹਨੇ ਕਹਿੰਦੇ ਨਹੀਂ ਬਚਣਾ, ਇਹ ਯੋਗ ਭੈਣ ਨਾ ਯੋਗਾ ਕਰਿਆ ਕਰ, ਤੂੰ ਮਰ ਜਾਣਾ। ਮੈਂ ਆਖਣਾ ਮੈਂ ਨਹੀਂ ਮਰਦੀ, ਮੈਂ ਜਿਉਂਦੀ ਰਹਾਂਗੀ। ਉਹ ਮੈਂ ਇੱਥੇ ਹੀ ਹਾਂ, ਉਹ ਵਿਚਾਰੇ ਦੋਈ ਜੀ ਚੱਲ ਵਸੇ ਨੇ ਹੈਂ, ਅਤੇ ਉਹਨਾਂ ਨੂੰ ਜੋ ਮੈਂ ਆਖਣਾ ਯੋਗਾ ਕਰੋ, ਉਹ ਇਸ ਪਾਸੇ ਲੱਗਦੇ ਨਹੀਂ ਸਨ। ਯੋਗਾ ਕਰਦੇ ਤਾਂ ਬਿਮਾਰੀਆਂ ਨਿਕਲ ਜਾਂਦੀਆਂ, ਇੱਕ ਤਾਂ ਵਿਚਾਰਾ ਗੱਡੀ ਦੇ ਨਾਲ ਉਹ ਪਲੇਟਾਂ ਵੱਜੀਆਂ ਤਾਂ ਉਹ ਤਾਂ ਇੱਕ ਬਿਮਾਰੀ। ਲਚਕ ਵੀ ਬਹੁਤ ਆ ਗਈ ਹੈ, ਕਹਿ ਸਕਦੇ ਹਾਂ ਕਿ ਔਖੇ ਔਖੇ ਆਸਣ ਤੁਸੀਂ ਬੜੀ ਆਸਾਨੀ ਨਾਲ ਕਰ ਲੈਂਦੇ ਹੋ, ਅਤੇ ਸਰੀਰ ਨੂੰ ਇੰਨੀ ਲਚਕ ਯੋਗਾ ਕਰਕੇ ਹੀ ਆਈ ਹੈ ਜਾਂ ਇਸ ਤੋਂ ਇਲਾਵਾ ਵੀ ਪਹਿਲਾਂ ਵੀ ਤੁਸੀਂ ਕੋਈ ਕਸਰਤ ਕਰਦੇ ਰਹੇ? ਕੋਈ ਕਸਰਤ ਨਹੀਂ, ਮੈਂ ਯੋਗ ਕਰਕੇ ਸਵਾਮੀ ਦਾ ਯੋਗ ਵੇਖ ਕੇ ਨਾ ਇਹਦੇ ਨਾਲ ਮੇਰੀ ਲਚਕ ਬਣੀ। ਕਬਾਲ ਬਾਤੀ ਮੈਂ ਕਰਦਿਆਂ ਰਹਿੰਦੀ ਹਾਂ, ਪਾਗਲਾਂ ਲੇਖਾ ਲੱਗਿਆ ਰਹਿਣਾ, ਦੁਪਹਿਰੇ ਵੀ, ਸ਼ਾਮੀ ਵੀ, ਸਵੇਰੇ ਵੀ, ਤਿੰਨੇ ਟਾਈਮ ਮੈਂ ਜਦੋਂ ਸਮਝਿਆ ਭੁੱਖ ਲੱਗੀ ਪਾਣੀ ਪੀ ਲੈਣਾ ਅਤੇ ਲੱਗ ਪੈਣਾ ਯੋਗਾ ਕਰਨ। ਕਰਦਿਆਂ ਕਰਦਿਆਂ ਮੇਰੇ ਸਰੀਰ 'ਚ ਲਚਕ ਬਣ ਗਏ ਅਤੇ ਮੈਂ ਆਪਣੇ ਤੁਰਨ ਫਿਰਨ ਲੱਗ ਪਈ, ਮੈਂ ਪਾਰਕਾਂ 'ਚ ਜਾਣ ਲੱਗ ਪਈ। ਫਿਰ ਬੱਚੇ ਮੈਨੂੰ ਇੱਕ ਦਿਨ ਮੇਰਾ ਕਾਕਾ ਆਉਂਦਾ ਕੋਲੋਂ ਨਾ, ਕਾਕਾ ਬੱਚੇ ਹੀ ਫੜ ਲਿਆ ਕਰ, ਮੈਂ ਆਖਣਾ ਅੱਜ ਮੈਨੂੰ ਇੰਨੀ ਗੱਲ ਆਖੀ, ਫਿਰ ਨਹੀਂ ਮੈਨੂੰ ਇੰਨੀ ਗੱਲ ਆਖਣੀ ਕਿ ਬੱਚੇ ਤਾਂ ਹਰ ਇੱਕ ਨੂੰ ਪਿਆਰੇ ਲੱਗਦੇ ਅਤੇ ਮੇਰੇ ਕੋਲ ਹਿੰਮਤ ਹੋਏ ਤਾਂ ਮੈਂ ਫੜਾਂ। ਉਹ ਫਿਰ ਮੈਂ ਜਦੋਂ ਯੋਗ ਕਰਕੇ ਇਹਨਾਂ ਦੇ ਐਡੇ ਐਡੇ ਬੱਚੇ ਹਨ, ਮੈਂ ਚੁੱਕ ਕੇ ਅਤੇ ਪਾਰਕਾਂ 'ਚ ਲੈ ਕੇ ਜਾਂਦੀ ਹਾਂ, ਹੈਂ ਉਹੋ ਹੀ ਸਰੀਰ ਸੀ ਨਾ। ਚੰਗੇ ਜਿਸ ਤਰ੍ਹਾਂ ਨੌਜਵਾਨ ਹੁੰਦੇ ਨੇ ਉਹਨਾਂ 'ਚ ਜਿਹੜੀ ਫੁਰਤੀ ਹੁੰਦੀ ਆ ਉਹ ਤੁਹਾਡੇ 'ਚ ਫੁਰਤੀ ਹੋ ਰਹੀ ਨਜ਼ਰ ਆਉਂਦੀ ਆ। ਜਦੋਂ ਪੌੜੀਆਂ ਵੀ ਅਸੀਂ ਚੜ੍ਹ ਰਹੇ ਸੀ ਤਾਂ ਤੁਸੀਂ ਬੜੀ ਸਪੀਡ ਨਾਲ ਚੜ੍ਹ ਗਏ, ਇੱਧਰ ਆ ਕੇ ਕਮਰੇ ਦੇ ਵਿੱਚ ਵੀ ਆਰਾਮ ਨਾਲ ਜਿਸ ਤਰ੍ਹਾਂ ਆਪਣਾ ਬੈਠੇ ਕੀਤਾ, ਤਾਂ ਕਹਿ ਸਕਦੇ ਹਾਂ ਸਰੀਰ ਜਦੋਂ ਰੋਗਾਂ ਤੋਂ ਮੁਕਤ ਹੋ ਜਾਂਦਾ ਜਾਂ ਇੱਕ ਜਵਾਨੀ ਦਾ ਫਿਰ ਆਨੰਦ ਮਾਨਣ ਦਾ ਮਹਿਸੂਸ ਹੁੰਦਾ ਤਾਂ ਕਿਤੇ ਖੁਸ਼ੀ ਕਿੰਨੀ ਕੁ ਹੁੰਦੀ? ਬਹੁਤ ਖੁਸ਼ੀ ਹੁੰਦੀ ਹੈ, ਸ਼ੁਕਰ ਉਹਦੀ ਖੁਸ਼ੀ ਇਹ ਹੋਈ ਹੈ ਉਹਦਾ 24 ਘੰਟੇ ਸ਼ੁਕਰ ਗੁਜ਼ਾਰੋ। ਮੈਂ ਤਾਂ ਸਵਾਮੀ ਜੀ ਦਾ 24 ਘੰਟੇ ਹੀ ਸ਼ੁਕਰ ਗੁਜ਼ਾਰ ਕਰਨੀ ਆ, ਅਤੇ ਜਦੋਂ ਧਿਆਨ ਹੁੰਦਾ ਕਿ ਮੈਂ ਆਪਣੇ ਕੋਈ ਨਹੀਂ ਮੈਨੂੰ ਬਿਮਾਰੀ, ਤਾਂ ਮੈਂ ਉਹਦਾ ਸ਼ੁਕਰ ਗੁਜ਼ਾਰ ਕਰਨੀ ਆ, ਸ਼ੁਕਰ ਹੈ ਸਵਾਮੀ ਜੀ ਤੇਰਾ, ਤੂੰ ਯੁੱਗ ਯੁੱਗ ਜਿਵੇਂ ਉਹਦੀ ਤੰਦਰੁਸਤੀ ਮੰਗੀ ਦੀ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਜ ਕੇ ਗੱਲ ਕਰਦੇ ਨੇ, 86 ਸਾਲ ਦੀ ਉਮਰ ਹੈ, ਇਸ ਉਮਰ ਦੇ ਵਿੱਚ ਅਕਸਰ ਬਜ਼ੁਰਗ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਦਿੱਕਤ ਹੁੰਦੀ ਹੈ ਜਿਸ ਕਰਕੇ ਉਹ ਪੀੜਤ ਵਿਖਾਈ ਦਿੰਦੇ ਨੇ, ਪਰ ਅੱਜ ਇਹ 86 ਸਾਲ ਦੇ ਬਜ਼ੁਰਗ ਸ਼ਕੁੰਤਲਾ ਦੇਵੀ ਜੀ ਹੋਰ ਨਾਲ ਹੀ ਮਿਸਾਲ ਵੀ ਨੇ। ਔਰ ਜੋ ਚੁਸਤੀ ਫੁਰਤੀ ਦਾ ਜ਼ਿਕਰ ਅਸੀਂ ਪਹਿਲਾਂ ਵੀ ਕੀਤਾ ਸੀ ਕਿ ਉਹ ਚੁਸਤੀ ਫੁਰਤੀ ਇਹਨਾਂ 'ਚ ਭਰਪੂਰ ਹੈ, ਸਰੀਰ 'ਚ ਲਚਕ ਇੰਨੀ ਜ਼ਿਆਦਾ। ਔਰ ਵੱਡੀ ਗੱਲ ਇਹ ਕਿ ਇੱਕ ਸਮੇਂ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਹੁਣ ਜ਼ਿੰਦਗੀ ਦਾ ਗੁਜ਼ਾਰਾ ਐਵੇਂ ਹੀ ਚੱਲਣਾ ਹੈ। ਉਦੋਂ ਇਹਨਾਂ ਦਾ ਵਜ਼ਨ 110 ਕਿਲੋ ਦੇ ਕਰੀਬ ਸੀਗਾ ਔਰ ਕਹਿ ਸਕਦੇ ਹਾਂ ਕਿ ਦਵਾਈਆਂ ਦੇ ਸਹਾਰੇ ਹੀ ਅੱਗੇ ਜ਼ਿੰਦਗੀ ਦਾ ਰਾਹ ਨਜ਼ਰ ਆਉਂਦਾ ਸੀ, ਪਰ
ਜ਼ਹਿਨ ਵਿੱਚ ਇੱਕ ਅਜਿਹੀ ਜੋਤ ਜੱਗੀ ਜਿਸ ਨੇ ਕਿ ਦਿਮਾਗ ਤੱਕ ਰੋਸ਼ਨੀ ਪਹੁੰਚਾਈ ਔਰ ਅੱਜ ਉਹ ਯੋਗਾ ਦੇ ਨਾਲ ਜੁੜਦੇ ਹੋਏ ਵਿਖਾਈ ਦਿੰਦੇ ਨੇ। ਆਂਢ ਗੁਆਂਢ ਦੇ ਹੋਰਨਾਂ ਲੋਕਾਂ ਨੂੰ ਵੀ ਯੋਗਾ ਦੇ ਨਾਲ ਜੋੜ ਰਹੇ ਨੇ ਕਿ ਤਾਂ ਜੋ ਉਹ ਵੀ ਚੰਗੀ ਸਿਹਤ ਦਾ ਆਨੰਦ ਮਾਣ ਸਕਣ। ਹਾਲਾਂਕਿ ਸਮਾਜ ਦੇ ਵਿੱਚ ਕਈ ਵੱਡੀਆਂ ਬਿਮਾਰੀਆਂ ਨੇ ਜਿਸ ਦਾ ਕਿ ਅਕਸਰ ਡਾਕਟਰ ਵੀ ਕਹਿ ਦਿੰਦੇ ਨੇ ਕਿ ਹੁਣ ਵੱਸੋ ਬਾਹਰ ਨੇ, ਪਰ ਅੱਜ ਜਿਨ੍ਹਾਂ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਉਹਨਾਂ ਦੱਸਿਆ ਕਿ ਯੋਗਾ ਜੇ ਬੰਦਾ ਲੱਗਣ ਦੇ ਨਾਲ ਕਰੇ, ਦਿਨ ਵਿੱਚ 2 ਘੰਟੇ ਵੀ ਇਸ ਨੂੰ ਦੇਵੇ, ਤਾਂ ਉਹ ਕਈ ਵੱਡੀਆਂ ਬਿਮਾਰੀਆਂ ਤੋਂ ਫਤਿਹ ਹੋ ਸਕਦਾ, ਉਹਨਾਂ ਨੂੰ ਕਹਿ ਸਕਦੇ ਹਾਂ ਕਿ ਮੁਕਤ ਹੋ ਸਕਦਾ ਉਸ ਤੋਂ ਅਤੇ ਚੰਗੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।